ਮਤਲਬ ਜੀ ਹਾਲਾਤ ਕਾਹੀ ਬੱਤਰੇ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਇਸ ਤਰ੍ਹਾਂ ਇਹ ਸਦਾ ਹੀ ਇਦਾਂ ਹੀ ਚੱਲਦਾ ਰਹਿੰਦਾ ਵਾ ਨਾਲੀਆਂ ਦਾ ਪਾਣੀ ਨਹੀਂ ਨਿਕਲਦਾ ਨਾਲੀਆਂ ਦਾ ਮੀਂਹ ਦਾ ਪਾਣੀ ਸਾਰਾ ਤਾਂ ਇਕੱਠਾ ਹੋਇਆ ਹੈ ਵਾ ਮੱਛਰ ਨੇ ਆਣਿਆ ਕੋਈ ਆਉਂਦਾ ਹੀ ਨਹੀਂ ਦਾ ਇਧਰ ਨੂੰ ਨਾ ਕਮੇਟੀ ਵਾਲੇ ਆਉਂਦੇ ਨਾ ਮੀਡੀਆ ਵਾਲੇ ਆਉਂਦੇ ਕੋਈ ਵੀ ਬਈ ਇੱਕ ਨਵੀਂ ਸਰਕਾਰ ਸੱਤਾ ਚ ਆਈ ਕਹਿੰਦੇ ਬੜੇ ਬਦਲਾਅ ਹੋਣਗੇ ਕੀ ਲੱਗਦਾ ਕੁਝ ਹੋਇਆ ਇਤੋਂ ਦਾ ਅੱਗੇ ਭਗਵੰਤ ਮਾਨ ਸੀ ਉਹਨੇ ਕਿਸ ਵੱਡਾ ਸਵਾਰਿਆ ਕੁਝ ਵੀ ਨਹੀਂ ਸਵਾਰਿਆ ਉਹ ਦਾਣੇ ਜਿਹੜੇ ਮਿਲਦੇ ਸੀ ਉਹ ਵੀ ਕੱਟ ਕੱਟੀ ਜਾਂਦੇ ਦਾਣੇ ਵੀ ਕੱਟਦੇ ਕੱਟੀ ਜਾਂਦੇ ਆ ਕਹਿੰਦੇ ਜਿੰਨਾ ਕੋ ਗੱਡੀਆਂ ਵਾ ਉਹਨਾਂ ਤੋਂ ਦਾਣੇ ਕੱਟ ਦੋ ਕਿਉਂ ਗੱਡੀਆਂ ਸੀ ਕਿਹੜਾ ਸਰਕਾਰ ਦੇ ਪੈਸੇ ਲੈ ਕੇ ਲੰਨੀਆਂ ਹੋਈਆਂ ਵਾ ਦਿਹਾੜੀਆਂ ਮਜ਼ਦੂਰੀਆਂ ਕਰਕੇ ਲੰਨੀਆਂ ਹੋਈਆਂ ਵਾ ਸਾਡੇ ਤਾਂ ਲੈਂਟਰ ਵੀ ਨਹੀਂ ਪਿਆ ਲੋਕਾਂ ਨੂੰ ਗਰੰਟਾਂ ਮਿਲੀਆਂ ਸਾਨੂੰ ਉਹ ਵੀ ਨਹੀਂ ਦਿੱਤੀਆਂ ਕਿਸੇ ਫੁੱਕੜੇ ਨੇ ਕਿੰਨੇ ਹਾਲਾਤ ਆਈ ਆ ਵੇਖੋ ਹਾਲਾਤ ਕਿਦਾਂ ਦੇ ਆ ਪਾਣੀ ਦੇ ਅੰਦਰ ਵੜਨ ਨੂੰ ਫਿਰਨੇ ਆ ਅਹੀਂ ਬਿਮਾਰ ਹੋ ਗਏ ਯਾਰ ਪਾਣੀ ਨਾਲ ਪਾਣੀ ਦਾ ਬਿਮਾਰ ਹੋ ਗਏ ਹਾਂਜੀ ਕਿੰਦਾ ਪਾਣੀ ਪੈਦਾ ਹੋਣਾ ਭਾਜੀ ਤੁਹਾਡੇ ਸਾਹਮਣੇ ਹੀ ਆ ਬਿਮਾਰੀ ਪੈਦਾ ਹੋਣੀ ਵਾਧੂ ਸੱਟਾਂ ਲੱਗੀਆਂ ਸੱਟ ਤੇ ਡੱਗਦੇ ਵੀ ਅਸੀਂ ਡੱਗਦੇ ਹੀ ਆ ਅਸੀਂ ਹੋਰ ਨਹੀਂ ਸਰਕਾਰ ਕਹਿੰਦੀ ਇੱਕ ਵੱਡਾ ਬਦਲਾਅ ਲਿਆ ਤੇ ਬਹੁਤ ਸਾਰੇ ਕੰਮ ਕਰਦੀ ਆ ਆਹ ਕੁਛ ਹੀ ਕਰਦੇ ਆ ਭਗਵੰਤ ਮਾਨ ਸਰਕਾਰ ਤੋਂ ਖੁਸ਼ ਹੈ ਨਹੀਂ ਜੀ ਕੀ ਬੋਲਦੇ ਸੀਗੇ ਸਾਰੇ ਉਦੋਂ ਹੱਥ ਜੋੜ ਕੇ ਕਹਿੰਦੇ ਸੀ ਬੀਬੀ ਜੀ ਸਾਨੂੰ ਵੋਟਾਂ ਪਾ ਹੁਣ ਹੱਥ ਜੋੜ ਕੇ ਕੋਈ ਆਇਆ ਕਦੇ ਮਣੇ ਵੋਟ ਹੁਣ ਕਹਿੰਦੇ ਕਿ ਹੁਣ ਸਾਨੂੰ ਹੁਣ ਹੱਥ ਜੋੜ ਤੋਂ ਬਿਨਾ ਵੀ ਨਹੀਂ ਆਉਂਦੇਗੇ ਨਾ ਨਾ ਕਹਿ ਕੇ ਆਈਦਾ ਹੁਣ ਕਹਿੰਦੇ ਕਿ ਤੁਹਾਡੀ ਲੋੜ ਹੀ ਨਹੀਂ ਸਾਨੂੰ ਗਾਂ ਜਿਵੇਂ ਦਰਸ਼ਕ ਐਨਐਨਆਰ ਨਿਊਜ਼ ਦੇ ਨਾਲ ਜੁੜੇ ਹੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਵਿਰਾਜ ਕੀਤਾ ਕਾਂਗਰਸ ਪਾਰਟੀ ਨੇ ਵਿਰਾਜ ਕੀਤਾ ਤੇ ਹੁਣ ਤੀਜੀ ਧਿਰ ਹੈ ਆਮ ਆਦਮੀ ਪਾਰਟੀ ਬਦਲਾਵ ਦੇ ਨਾਮ ਤੇ ਵੱਡੇ ਵੱਡੇ ਵਾਅਦੇ ਕੀਤੇ ਸੀ ਸਿਹਤ ਸਹੂਲਤਾਂ ਨੂੰ ਲੈ ਕੇ ਜੇ ਨਸ਼ੇ ਦੀ ਗੱਲ ਹੋਵੇ ਜਾਂ ਫਿਰ ਕਿਸੇ ਹੋਰ ਕਾਰੋਬਾਰੀ ਦੀ ਗੱਲ ਹੋਵੇ ਜਾਂ ਫਿਰ ਆਮ ਲੋਕਾਂ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਵਿਕਾਸ ਦੇ ਮੁੱਦੇ ਹੋਰ ਹੋਣ ਪਰ ਜੋ ਮਹਿਦਪੁਰ ਦੇ ਹਸਪਤਾਲ ਦੇ ਹਾਲਾਤ ਆ ਖੁਦ ਬਿਮਾਰ ਹੈ ਮਹਿਦਪੁਰ ਦਾ ਹਸਪਤਾਲ ਅਸੀਂ ਹਸਪਤਾਲ ਦੇ ਵਿੱਚ ਮੌਜੂਦ ਹਾਂ ਅਤੇ ਤਸਵੀਰ ਸਿਵਲ ਹਸਪਤਾਲ ਅਤੇ ਸੇਵਾ ਕੇਂਦਰ ਮਹਿਦਪੁਰ ਜਾਣੀ ਕਿ ਸਿੱਧੇ ਜੇ ਅੱਗੇ ਜਾਈਏ ਤਾਂ ਸੇਵਾ ਕੇਂਦਰ ਬਣਿਆ ਹੋਇਆ ਹੈ ਅਤੇ ਉਸ ਦੇ ਨਾਲ ਹੀ ਬਿਲਕੁਲ ਮਹਿਦਪੁਰ ਦਾ ਹਸਪਤਾਲ ਹੈ ਨਵੀਂ ਬਣੀ ਸਰਕਾਰ ਨੇ ਮੁਹੱਲਾ ਕਲੀਨਿਕਾਂ ਦੀ ਜੋ ਸ਼ੁਰੂਆਤ ਕੀਤੀ ਸੀ ਜ਼ੋਰਾਂ ਦੀ ਕੀਤੀ ਸੀ ਕਿ ਅਸੀਂ ਮੁਹੱਲਾ ਕਲੀਨਿਕ ਬਣਾਵਾਂਗੇ ਪਰ ਸ਼ੁਰੂ ਕਿੱਦਾਂ ਕੀਤੇ ਸੀ ਇੱਕ ਬੁਰਸ਼ ਦੇ ਨਾਲ ਪੁਰਾਣੀਆਂ ਬਿਲਡਿੰਗਾਂ ਦੇ ਉੱਪਰ ਰੰਗ ਫੇਰ ਕੇ ਅੰਦਰ ਥੋੜ੍ਹਾ ਫਰਨੀਚਰ ਰੱਖ ਕੇ ਔਰ ਰੱਖ ਕੇ ਮੁਹੱਲਾ ਕਲੀਨਿਕ ਬਣਾਏ ਸੀ ਵੱਡੇ ਬਦਲਾਵ ਨੂੰ ਲੈ ਕੇ ਔਰ ਇੱਥੇ ਵੀ ਇੱਕ ਮੁਹੱਲਾ ਕਲੀਨਿਕ ਬਣਨਾ ਸੀ ਪਰ ਬਣਿਆ ਕਿਉਂ ਨਹੀਂ ਕਿਉਂਕਿ ਲੋਕ ਨਹੀਂ ਚਾਹੁੰਦੇ ਸਨ ਜਥੇਬੰਦੀਆਂ ਨਹੀਂ ਸਨ ਚਾਹੁੰਦੀਆਂ ਕਿ ਇੱਥੇ ਮੁਹੱਲਾ ਕਲੀਨਿਕ ਬਣੇ ਉਹਨਾਂ ਦਾ ਕਹਿਣਾ ਸੀ ਜੇਕਰ ਇੱਥੇ ਮੁਹੱਲਾ ਕਲੀਨਿਕ ਬਣ ਗਿਆ ਤਾਂ ਜੋ ਮਾੜਾ ਮੋਟਾ ਇੱਥੇ ਹਸਪਤਾਲ ਦੇ ਵਿੱਚ ਮਰੀਜ਼ ਆਉਂਦੇ ਆ ਉਹ ਵੀ ਇੱਥੋਂ ਬਦਲ ਕੇ ਨਕੋਦਰ ਸ਼ਿਫਟ ਹੋ ਜਾਏਗਾ ਜੇਕਰ ਇੱਥੇ ਮੁਹੱਲਾ ਕਲੀਨਿਕ ਬਣਦਾ ਪਰ ਹਾਲਾਤ ਕੀ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਲੰਮੇ ਟਾਈਮ ਤੋਂ ਇਸੇ ਚੈਨਲ 'ਤੇ ਵੀ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਪਰ ਅੱਜ ਦੀ ਤਸਵੀਰ ਕਿਉਂਕਿ ਬਾਰਿਸ਼ ਪੈ ਕੇ ਹਟੀ ਹੈ ਤਾਂ ਉਹ ਤਸਵੀਰ ਮੈਂ ਦਿਖਾਉਂਦਾ ਹਾਲਾਤ ਕੀ ਹੈ ਇੱਕ ਪਾਸੇ ਤਾਂ ਮੁਹੱਲਾ ਕਲੀਨਿਕ ਬਣਾਇਆ ਜਾ ਰਿਹਾ ਅਤੇ ਦੂਜੇ ਪਾਸੇ ਜਿਹੜੇ ਹਸਪਤਾਲ ਹੈ ਜਿਨ੍ਹਾਂ ਦਾ ਵਿਕਾਸ ਕਰਨਾ ਜ਼ਰੂਰੀ ਸੀ ਕੁਛ ਡਿਸਪੈਂਸਰੀਆਂ ਬਹੁਤ ਸਾਰੀਆਂ ਡਿਸਪੈਂਸਰੀਆਂ ਅਜਿਹੀਆਂ ਪਈਆਂ ਜਿੱਥੇ ਡਾਕਟਰ ਤੱਕ ਮੌਜੂਦ ਨਹੀਂ ਹੈ ਤਾਂ ਇਹ ਹਾਲਾਤ ਨੇ ਸਿਵਲ ਹਸਪਤਾਲ ਮਹਿਦਪੁਰ ਦਾ ਬੋਰਡ ਜੋ ਹੁਣ ਟੇਢਾ ਹੋ ਚੁੱਕਿਆ ਅਤੇ ਦੂਜੀ ਇੱਕ ਹੋਰ ਤਸਵੀਰ ਦਿਖਾ ਦਿੰਦਾ ਕਿ ਇੱਥੇ ਦੋ ਦਰਵਾਜ਼ੇ ਗੇਟ ਲੱਗੇ ਹੋਏ ਸੀ ਤਾਂ ਇੱਕ ਦਰਵਾਜ਼ਾ ਇੱਕ ਗੇਟ ਇਹ ਸਾਹਮਣੇ ਹੈ ਅਤੇ ਦੂਜਾ ਇਸ ਸਾਈਡ 'ਤੇ ਹੈ ਉਹ ਵੀ ਇੱਥੋਂ ਗਾਇਬ ਹੈ ਇੱਥੇ ਲੱਗਿਆ ਨਹੀਂ ਹੋਇਆ ਤਾਂ ਇਹ ਹਾਲਾਤ ਨੇ ਮਹਿਦਪੁਰ ਦੇ ਜੋ ਹਸਪਤਾਲ ਹੈ ਅਤੇ ਬਾਰਿਸ਼ ਜੋ ਹੋਈ ਸੀ ਹਾਲਾਤ ਕੀ ਹੋ ਗਏ ਅੱਜ ਇੱਕ ਦਿਨ ਹੋ ਗਿਆ ਬਾਰਿਸ਼ ਰੁਕੀ ਹੋਈ ਨੂੰ ਪਰ ਹਾਲਾਤ ਦੇਖੋ ਕਿੰਨੀ ਗੰਦਗੀ ਦੇ ਵਿੱਚ ਆਉਣ ਵਾਲਾ ਰਸਤਾ ਹੈ ਔਰ ਹਸਪਤਾਲ ਦੇ ਹਾਲਾਤ ਇੱਧਰ ਵੀ ਜ਼ਿਆਦਾ ਬੱਤਰ ਹੈ ਚਾਰੇ ਪਾਸੇ ਪਾਣੀ ਨਜ਼ਰ ਦਿਖਾਈ ਦੇਗਾ ਜੇਕਰ ਜਿਸ ਥਾਣੀਓਂ ਅੰਦਰ ਆਉਣਾ ਹੁੰਦਾ ਤਾਂ ਉਹ ਹਾਲਾਤ ਜ਼ਰਾ ਦੇਖ ਲਓ ਕੀ ਬਣੇ ਹੋਏ ਆ ਮਹਿਦਪੁਰ ਹਸਪਤਾਲ ਦੇ ਲੰਮੇ ਟਾਈਮ ਤੋਂ ਸਿਹਤ ਸਹੂਲਤਾਂ ਦੇਣ ਵਾਲਾ ਹਸਪਤਾਲ ਖੁਦ ਬਿਮਾਰ ਹੈ ਤਾਂ ਇਹ ਮਹਿਦਪੁਰ ਦੇ ਸਿਵਲ ਹਸਪਤਾਲ ਦੀਆਂ ਤਸਵੀਰਾਂ ਨੇ ਜੋ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਮਹਿਦਪੁਰ ਦਾ ਹਸਪਤਾਲ ਦਾ ਜਾਣ ਦਾ ਰਸਤਾ ਦੇਖ ਕੇ ਕੀ ਲੱਗਦਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਲਗਾਤਾਰ ਕਵਰੇਜ ਆ ਰਹੀ ਹੈ ਤਾਂ ਮਹਿਦਪੁਰ ਦੇ ਹਸਪਤਾਲ ਦੇ ਇਹ ਹਾਲਾਤ ਹੈ ਜੋ ਤੁਸੀਂ ਇਸ ਸਕਰੀਨ 'ਤੇ ਦੇਖ ਰਹੇ ਹੋ ਜਿੱਥੋਂ ਸ਼ੁਰੂ ਹੁੰਦਾ ਥੋੜ੍ਹੀ ਜਿਹੀ ਸੜਕ ਪੱਕੀ ਬਣੀ ਹੋਈ ਹੈ ਪਰ ਦੂਜੇ ਪਾਸੇ ਜੇਕਰ ਗੱਲ ਕਰੀ ਰਸਤੇ ਦੀ ਤਾਂ ਇਹ ਤੁਸੀਂ ਇੰਟਰਲੋਕ ਟਾਇਲ ਵੀ ਲੱਗੀ ਹੋਈ ਹੈ ਦੂਜੇ ਪਾਸੇ ਇੱਕ ਵਾਰ ਇੰਟਰਲੋਕ ਟਾਇਲ ਦੇ ਸੋ ਲੱਗੀ ਹੋਈ ਹੈ ਪਰ ਉੱਪਰ ਪਾਣੀ ਖੜ੍ਹਾ ਨੀਵਾਂ ਹੋਣ ਕਰਕੇ ਅਤੇ ਅੱਗੇ ਜੋ ਗਲੀ ਹੈ ਉਸ ਦੇ ਹਾਲਾਤ ਦਿਖਾਵਾਂਗੇ ਸੀਵਰੇਜ ਦਾ ਤਕਰੀਬਨ ਸਾਰਾ ਪਾਣੀ ਉਸ ਗਲੀ ਦੀ ਉੱਪਰ ਹੀ ਹੈ ਤਾਂ ਇਹ ਹੈ ਮਹਿਦਪੁਰ ਦੇ ਹਸਪਤਾਲ ਦੇ ਜਾਣ ਦਾ ਰਸਤਾ ਅਤੇ ਅੱਗੇ ਜੇਕਰ ਗਲੀ ਉਹ ਦੇਖ ਲਈਏ ਤਾਂ ਹਾਲਾਤ ਕਿਸ ਤਰ੍ਹਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ
ਇਹ ਸਿਵਲ ਹਸਪਤਾਲ ਮਹਿਤਪੁਰ ਦੇ ਜਾਣ ਦਾ ਰਸਤਾ ਆਪਣੇ ਆਪ ਦੇ ਵਿੱਚ ਬਹੁਤ ਕੁਛ ਦਰਸਾਉਂਦਾ ਹੈ। ਤਾਂ ਇੱਕ ਹੋਰ ਪੈਪ ਦੀ ਮਾਤਾ ਜੀ, ਇੱਕ ਪੈਪ ਇਸ 'ਚ ਕੀ ਪਾਣੀ ਇੱਦਾਂ ਦੀ ਪਾਇਆ ਸੀ ਕਾਕੇ, ਇੱਦਾਂ ਝੜਕ ਨੂੰ ਬਾਹਰ ਉਸ ਪੰਚਾਇਤ ਮਹਿਤਪੁਰ ਨੇ ਲਾਜ਼ਮੀ ਕਰਤਾ ਇੱਥੇ ਇੱਕ ਬੋਰਡ ਬੈਠਣ ਵਾਲਾ ਤਾਂ ਬਣਾਤਾ, ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਹੋਰ ਵੀ। ਇੱਧਰ ਵੀਰ ਖੜਕ ਭੈਣ ਖੜੀ ਵੀ ਕੁਛ ਕਹਿ ਰਿਹਾ, ਤਾਂ ਆਪਾਂ ਉਹਨਾਂ ਤੋਂ ਵੀ ਜਾਣਾਂਗੇ। ਸਵੇਰ ਨੂੰ ਕਹਿੰਦੇ ਬਹੁਤ ਦਿੱਕਤ ਆਉਂਦੀ ਹੈ। ਹਾਂਜੀ ਮਾਤਾ ਜੀ, ਹਾਲਾਤ ਕਾਫੀ ਬਦਤਰ, ਕਿੰਨੇ ਟਾਈਮ ਤੋਂ ਚੱਲ ਰਿਹਾ ਜੀ ਇਸ ਤਰ੍ਹਾਂ? ਇਹ ਸਦਾ ਹੀ ਇੱਦਾਂ ਹੀ ਚੱਲਦਾ ਰਹਿੰਦਾ ਵਾ, ਨਾਲੀਆਂ ਦਾ ਪਾਣੀ ਨਹੀਂ ਨਿਕਲਦਾ, ਨਾਲੀਆਂ ਦਾ ਮੀਂਹ ਦਾ ਪਾਣੀ ਸਾਰਾ ਤਾਂ ਇਕੱਠਾ ਹੋਇਆ ਵਾ, ਕੋਈ ਆਉਂਦਾ ਹੀ ਨਹੀਂ ਦਾ ਇੱਧਰ ਨੂੰ, ਨਾ ਕਮੇਟੀ ਵਾਲੇ ਆਉਂਦੇ ਨਾ ਮੀਡੀਆ ਵਾਲੇ ਆਉਂਦੇ ਕੋਈ ਵੀ। ਵਧੀਆ, ਇੱਕ ਨਵੀਂ ਸਰਕਾਰ ਸੱਤਾ ਚ, ਕਹਿੰਦੇ ਬੜੇ ਬਦਲਾਅ ਹੋਣਗੇ, ਕੀ ਲੱਗਦਾ ਕੁਛ ਹੋਇਆ ਇੱਥੋਂ ਦਾ? ਅੱਗੇ ਭਗਵੰਤ ਮਾਨ ਸੀ, ਉਹਨੇ ਕਿਸ ਵੱਡਾ ਸਵਾਰਿਆ, ਕੁਛ ਵੀ ਨਹੀਂ ਸਵਾਰਿਆ। ਉਹ ਦਾਣੇ ਜਿਹੜੇ ਮਿਲਦੇ ਸੀ ਉਹ ਵੀ ਕੱਟ ਕੱਟੀ ਜਾਂਦੇ, ਦਾਣੇ ਵੀ ਕੱਟਦੇ ਕੱਟੀ ਜਾਂਦੇ ਆ, ਕਹਿੰਦੇ ਜਿੰਨਾਂ ਕੋਲ ਗੱਡੀਆਂ ਵਾ ਉਹਨਾਂ ਤੋਂ ਦਾਣੇ ਕੱਟ ਦਿਓ, ਕਿਉਂ ਗੱਡੀਆਂ ਸੀ ਕਿਹੜਾ ਸਰਕਾਰ ਦੇ ਪੈਸੇ ਲੈ ਕੇ ਲਈਆਂ ਹੋਈਆਂ ਵਾ, ਦਿਹਾੜੀਆਂ ਮਜ਼ਦੂਰੀਆਂ ਕਰਕੇ ਲਈਆਂ ਹੋਈਆਂ ਵਾ, ਸਾਡੇ ਤਾਂ ਲੈਂਟਰ ਵੀ ਨਹੀਂ ਪਿਆ, ਲੋਕਾਂ ਨੂੰ ਗਰੰਟਾਂ ਮਿਲੀਆਂ ਸਾਨੂੰ ਉਹ ਵੀ ਨਹੀਂ ਦਿੱਤੀਆਂ ਕਿਸੇ ਫੁੱਕੜੇ ਨੇ। ਪਾਣੀ ਦਾ ਹੁਣ ਮੱਛਰ ਆ ਸਾਡੇ, ਛੋਟੇ ਛੋਟੇ ਨਿਆਣੇ ਦਿਨਾਂ ਦੇ, ਹਲੇ ਤਾਂ ਦੋ ਨਿਆਣੇ ਸਾਡੇ, ਉਹ ਮੱਛਰ ਦੀ ਇੰਨੀ ਪਰੇਸ਼ਾਨੀ ਆ ਸਾਨੂੰ, ਅਸੀਂ ਕਦੀ ਸਪਰੇਆਂ ਕਰਦੇ ਹਾਂ, ਕਦੀ ਟੂਪਾਂ ਲਿਆ ਕੇ ਨਿਆਣਿਆਂ ਦੇ ਲਾਉਂਦੇ, ਇੱਥੇ ਮੱਛਰ ਹੀ ਬਹਿਣਾ। ਹੁਣ ਸਵੇਰੇ ਜਦੋਂ ਹਸਪਤਾਲ ਨੂੰ ਨਰਸਾਂ ਮੈਡਮਾਂ ਜਾਂ ਹੋਰ ਮਰੀਜ਼ ਲੰਘਦੇ, ਉਹਨਾਂ ਦਾ ਇੰਨਾ ਬੁਰਾ ਹਾਲ ਹੁੰਦਾ, ਇੱਥੇ ਡਿੱਗਦੇ ਆ ਪਾਣੀ ਦੇ ਵਿੱਚ। ਇੱਕ ਪਾਸੇ ਸਿਵਲ ਹੋਸਪਿਟਲ ਹੈ, ਸਿਹਤ ਸਹੂਲਤਾਂ ਦੇਣ ਵਾਲਾ, ਅਤੇ ਦੂਜੇ ਪਾਸੇ ਹਾਲਾਤ ਇਸ ਤਰ੍ਹਾਂ ਦੇ, ਕਿੱਦਾਂ ਕਿ ਨਰਕ ਭਰਿਆ ਜੀਵਨ ਜੀਣ ਦੇ ਲਈ ਲੋਕ ਇੱਥੇ ਮਜਬੂਰ ਹੈ। ਅਥਾਹ ਗੁੱਸਾ ਨਵੇਂ ਸਰਕਾਰ ਭਗਵੰਤ ਮਾਨ 'ਤੇ ਵੀ, ਮਾਤਾ ਜੀ ਵਰਿਆ ਕਹਿੰਦੇ ਕਿ ਵੱਡੇ ਬਦਲਾਅ ਕਹਿ ਕੇ ਸੱਤਾ ਦੀ ਸਰਕਾਰ ਆਈ ਸੀ, ਫਿਰ ਆਮ ਬਦਲਾਅ ਕੀ ਹੈ? ਖਾਸ ਕਰਕੇ ਮਹਿਤਪੁਰ ਦੀ ਗੱਲ ਕਰਾਂਗੇ ਤਾਂ ਮਹਿਤਪੁਰ ਦੇ ਹਾਲਾਤ ਕੀ ਹੈ, ਉਸ ਤਸਵੀਰ ਤੁਹਾਡੇ ਸਾਰੀ ਸਾਹਮਣੇ ਹੈ। ਜਦੋਂ ਕੋਈ ਰਸਤਾ ਇੱਕ ਥਾਂ ਤੋਂ ਸ਼ੁਰੂ ਹੁੰਦਾ ਫਿਰ ਅੱਗੇ ਤੱਕ ਹਸਪਤਾਲ ਨੂੰ ਜਾਂਦਾ, ਹਾਲਾਤ ਬਦਤਰ ਤੋਂ ਬਦਤਰ ਮਹਿਤਪੁਰ ਦੇ ਹੈ। ਬਹੁਤ ਸਾਰੇ ਇਸੇ ਗਲੀ ਦੇ ਵਿੱਚ ਆਪਾਂ ਹੋਰ ਵੀਰ ਵੀ ਕਾਫੀ ਅੱਗੇ ਇਕੱਠੇ ਹੋਏ, ਤਾਂ ਆਪਾਂ ਗੱਲਬਾਤ ਸਾਰਿਆਂ ਨਾਲ ਕਰਾਂਗੇ। ਤਾਂ ਇਹ ਹਾਲਾਤ ਹੈ, ਮੁਹੱਲੇ ਵਾਲੇ ਕਾਫੀ ਦੁਖੀ ਹੈ ਵੀਰ ਜੀ, ਸਾਰੀ ਦਿਖਾਵਾਂਗੇ, ਕਹਿ ਰਹੇ ਕਿ ਪਰਲੇ ਪਾਸੇ ਦਿਖਾ ਦਿਓ। ਤਾਂ ਅੱਗੇ ਇੱਕ ਵਾਰ ਜੀ ਹੋਰ ਵੀ ਆ ਗਿਆ, ਹਾਲਾਤ ਬਦਤਰ ਤੋਂ ਬਦਤਰ ਮਹਿਤਪੁਰ ਦੇ ਨੇ, ਜੋ ਮਹਿਤਪੁਰ ਸਿਵਲ ਹੋਸਪਿਟਲ ਹੈ, ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਹੈ, ਗਲੀਆਂ ਦੇ ਵਿੱਚ ਪਾਣੀ, ਬੁਰਾ ਹਾਲ ਵੀਰ ਜੀ, ਹਾਲਾਤ ਕਾਫੀ ਜ਼ਿਆਦਾ ਮਾੜੇ ਆ। ਕਿੰਨਾ ਕੁ ਟਾਈਮ ਹੋ ਗਿਆ ਜੀ ਇਹਨੂੰ? ਤਾਂ ਵੀ ਭਾਅ ਜੀ ਕਾਫੀ ਚੈਰੀ ਹੋ ਚੱਲਿਆ, ਇੱਥੇ ਡੈਗ ਹਟੇ ਵਾਧੂ ਸੱਟਾਂ ਲੱਗੀਆਂ, ਸਾਡੇ ਡੈਗਦੇ ਵੀ ਡੈਗਦੇ ਹੀ ਆ ਸੀ, ਹੋਰ ਨਹੀਂ। ਸਰਕਾਰ ਕਹਿੰਦੀ ਇੱਕ ਵੱਡਾ ਬਦਲਾਵ ਲਿਆ ਤੇ, ਬਹੁਤ ਸਾਰੇ ਕੰਮ ਕਰਦੀ ਆ, ਆਹ ਕੁਛ ਹੀ ਕਰਦੇ ਆ। ਭਗਵੰਤ ਮਾਨ ਸਰਕਾਰ ਤੋਂ ਖੁਸ਼ ਹੈ? ਨਹੀਂ ਜੀ, ਅਸੀਂ ਨਹੀਂ ਖੁਸ਼ ਹੈਗਾ, ਅਸੀਂ ਕਿਸੇ ਤੋਂ ਬਣੀ ਭਰਾਵਾ ਖੁਸ਼। ਅਸੀਂ ਬਿਮਾਰ ਹੋ ਗਏ ਯਾਰ, ਪਾਣੀ ਦਾ ਬਿਮਾਰ ਹੋ ਗਏ ਹਾਂ। ਹਾਂਜੀ, ਕਿੱਦਾਂ ਪਾਣੀ ਪੈਦਾ ਹੋਣਾ ਭਾਜੀ, ਤੁਹਾਡੇ ਸਾਹਮਣੇ ਹੀ ਆ, ਬਿਮਾਰੀ ਪੈਦਾ ਹੋਣੀ, ਇੱਥੇ ਹੋਰ ਇਦੋਂ ਵੱਧ ਹੋਣਾ ਵੀ ਕੀ ਆ? ਇੱਥੇ ਕੋਈ ਸਿਆਣਾ ਡੈਗ ਗਿਆ ਤਾਂ ਕਹਿੰਦੇ ਲੱਤ ਬਣਨੀ, ਨਿਆਣਾ ਡੈਗ ਗਿਆ ਉਦਾਂ ਹੀ ਨਹੀਂ ਲੱਭਣਾ ਮੈਨੂੰ ਤਾਂ ਲੱਗਦਾ। ਤਾਂ ਇਹ ਹਾਲਾਤ ਆਪਣੇ ਆਪ ਦੇ ਵਿੱਚ ਇੱਕ ਸ਼ਰਮਸ਼ਾਰ ਇਨਸਾਨੀਅਤ ਨੂੰ ਕਰਨ ਵਾਲੇ, ਕਹਿ ਸਕਦੇ ਲੋਕਾਂ ਨੂੰ ਇੱਥੇ ਵੀਡੀਓ ਬਣਾਉਣ ਲੱਗੇ ਵੀ ਸ਼ਰਮ ਆਉਂਦੀ, ਹਾਲਾਤ ਕਿੱਦਾਂ ਦੇ ਮਾੜੇ ਚੁੱਕੇ। ਹਾਂਜੀ ਬੀਬੀ, ਤੁਹਾਡਾ ਘਰ ਵੀ ਇੱਥੇ ਹੀ? ਹਾਂਜੀ ਹਾਂਜੀ, ਸਾਡਾ ਭਾਅ ਜੀ ਘਰ ਇੱਥੇ ਹੀ ਆ। ਕਿੱਦਾਂ ਦੇ ਹਾਲਾਤ ਆ ਜੀ? ਆ ਵੇਖੋ ਹਾਲਾਤ ਕਿੱਦਾਂ ਦੇ ਆ, ਪਾਣੀ ਦੇ ਅੰਦਰ ਵੜ ਨੂੰ ਫਿਰਨੇ ਆ, ਲੰਘਣ ਜਾਣੇ ਕੋ ਲੰਘਿਆ ਨਹੀਂ ਜਾਂਦਾ। ਇਹ ਹਾਲਾਤ ਇਸ ਤਰ੍ਹਾਂ ਦੇ, ਕਹਿੰਦੇ ਕਿ ਨਿਆਣਿਆਂ ਕੋਲ ਲੰਘਿਆ ਨਹੀਂ ਜਾਂਦਾ, ਅੱਧੀ ਰਾਤ ਵਾਲੀ ਸੱਪ ਲੜ ਜਾਏ ਤਾਂ ਜ਼ਿੰਮੇਵਾਰ ਕੌਣ ਹੈ? ਤਾਂ ਇਹ ਹਾਲਾਤ ਨੇ, ਸਿਵਲ ਹਸਪਤਾਲ ਮਹਿਤਪੁਰ ਨੂੰ ਜਾਣ ਦਾ ਰਸਤਾ ਹੈ। ਤਾਂ ਹੋਰ ਵੀ ਵੀਰ ਇੱਥੇ ਆਸੇ ਪਾਸੇ ਕਿੰਨੇ ਵੀ ਘਰ ਆ, ਸਾਰੇ ਮਜਬੂਰ ਆ। ਹੋਰ ਵੀਰ ਜੀ, ਵੈਸੇ ਪੁੱਛਣ ਦੇ ਤਾਂ ਸਾਡਾ ਬਣਦਾ ਨਹੀਂ ਕਿ ਹਾਲ ਕੀ ਹਾਲਾਤ, ਅਸੀਂ ਦੇਖ ਲਓ ਭਾਜੀ, ਦੇਖ ਹੀ ਲਿਆ ਤੁਸੀਂ ਭਾਜੀ, ਇੱਥੇ ਦੇ ਬਹੁਤ ਹਾਲਾਤ ਮਾੜੇ ਆ ਭਾਜੀ। ਇੱਕ ਗੱਲ ਬੜੀ ਵੱਡੀ, ਵੋਟਾਂ ਵਾਲੇ ਸਾਰੇ ਲੀਡਰ ਆ ਜਾਂਦੇ ਆ ਇੱਥੇ, ਤੇ ਹੁਣ ਕਦੇ ਕੋਈ ਪੁੱਛਦਾ ਆਏ ਸੀ, ਆ ਵੱਟ ਜੀ ਬਣਾ ਕੇ ਚੱਲ ਗਏ, ਇਹਨਾਂ ਕੋਈ ਪਾਣੀ ਦੀ ਸਮੱਸਿਆ ਤਾਂ ਨਹੀਂ? ਵੱਟ ਹੀ ਬਣੀ ਅਜੇ ਤੱਕ ਭਾਜੀ, ਸਾਡੀ ਉਮਰ ਹੋ ਗਈ ਆ, ਇੱਥੇ ਲੰਘ ਗਈ ਆ, ਠੀਕ ਆ, ਤੇ ਗਾਂਹ ਵਾਲਿਆਂ ਦੀ ਮੈਨੂੰ ਲੱਗਦਾ ਇੱਥੇ ਲੰਘ ਜਾਣੀ ਇਸੇ ਤਰ੍ਹਾਂ। ਹਾਂ ਭਾਜੀ, ਇਹ ਥੋੜੀ ਐਸੀ ਮਹੱਲੇ 'ਚ ਆਪਣਾ ਪਾਣੀ ਦਾ ਹੋਵੇ, ਹੋਰ ਵੀ ਤਾਂ ਆਪਾਂ ਪਾਸੇ ਪਾ ਹੀ ਸਕਦੇ। ਇਹ ਬਹੁਤ ਚਿਰ ਦੇ ਕਹਿੰਦੇ ਵੀ ਆਪਾਂ ਪਾਣੀ ਪਾ ਦੇਣਾ, ਇੱਧਰ ਪਾ ਦੇਣਾ, ਕਦੀ ਉੱਧਰ, ਅੱਜ ਤੱਕ ਨਹੀਂ ਪਿਆ। ਇੱਦੀ ਰੱਖੇ ਹੋਏ ਆ, 36 ਵਾਰੀ ਪੈਪ ਲਿਆ ਲਿਆ ਰੱਖੇ ਆ ਇਹਨਾਂ, ਲੱਗਦਾ ਪੁਰਾਣੇ ਵੀ ਹੋ ਗਏ, ਪੈਪ ਖਰਾਬ ਹੋਈ ਜਾਂਦੇ ਆ, ਕੁਛ ਨਹੀਂ ਆਉਂਦਾ ਇੱਥੇ। ਪੈਪਾਂ ਦੀ ਗੱਲ ਇਹ, ਤਾਂ ਪੈਪ ਇੱਕ ਵਾਰ ਸਾਰੇ ਦੇਖ ਲਓ, ਕਿਆ ਪੈਪ ਕਿੰਨੇ ਟਾਈਮ ਤੋਂ, ਲੰਮੇ ਸਮੇਂ ਤੋਂ ਪੈਪ ਇੱਥੇ ਪਏ ਆ, ਹਾਲਾਤ ਉਸੇ ਤਰ੍ਹਾਂ ਦੇ ਆ। ਤਾਂ ਦੂਜੀ ਤੁਸੀਂ ਤਸਵੀਰ ਦਿਖਾਉਂਦੇ ਆ ਕਿ ਜੇਕਰ ਇੱਥੇ ਲੰਘਣਾ ਆਵੇ ਤਾਂ ਪਿੱਛੇ ਭਾਈ ਸਬਜ਼ੀ ਵਾਲਾ ਆ ਰਿਹਾ ਕਿ ਇਹ ਮੋਟਰਸਾਈਕਲ ਬਾਈਕ ਜਾ ਰਿਹਾ, ਤਾਂ ਕਿਸ ਤਰ੍ਹਾਂ ਲੰਘਦੇ ਆ, ਪੈਰ ਜ਼ਰੂਰ ਧੋਣੇ ਪੈਂਦੇ ਆ ਇੱਕ ਵਾਰ ਜਦੋਂ ਅਸੀਂ ਪਾਣੀ ਦੇ ਵਿੱਚੋਂ ਲੰਘਣਾ ਹੋਵੇ। ਤਾਂ ਪਾਣੀ ਸੀਵਰੇਜ ਦਾ ਗੰਦਾ ਪਾਣੀ ਹੈ, ਜੋ ਲੋਕ ਇੱਥੇ ਆਪਣਾ ਜੀਵਨ ਕਿੱਦਾਂ ਬਸਰ ਕਰਦੇ ਆ, ਤਕਰੀਬਨ 15 ਮਿੰਟ ਇੱਥੇ ਸਾਨੂੰ ਹੋ ਗਿਆ, ਪਰ ਆਮ ਲੋਕ ਜੋ ਹਰ ਰੋਜ਼ ਇੱਥੇ ਰਹਿੰਦੇ ਆ, ਤਾਂ ਉਹਨੇ ਹਾਲਾਤ ਕੀ ਹੋਣਗੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਕਿਸੇ ਤੋਂ ਪਹੁੰਚੂਗੇ ਮੰਤਰੀ ਤੋਂ,
मोहरे बिमारियां इत्थे पईआं हस्पताल दे मोहरे जे तो सरकार कोई कर सकदी आ मसला हल ते इत्थे आया करे वोटां मंगण नहीं तो फायदा ही नहीं आपां दा कहिंदे भाजी साडा इक मकसद सी कि तुहाडी आवाज पहुंचाई जावे तुहाडे दुख जाणे जे असीं तां जी भाजी तुहाडा धन्नवाद बहुत अहीं करदे आ भी तुसीं साडी आवाज पहुंचाओ सरकार तकरां जे झाड़ू दी सरकार आ यही सोच लवे शायद चलो भी गांव भी अहीं इहनां दी सरकार बनावांगे नहीं तो झाड़ू वाला तो इत्थे कोई बड़े ही ना भाजी जे इस बार वाला इत्थे कोई ना नहीं कोई भी ना आवे भाजी सरकार अकाली भी आ गए कांग्रेस भी आ गया आ कांग्रेस ने तो ज्यादा कीता ना बेड़ा खराब कांग्रेस ने इत्थे कुछ नहीं कीता तिन्नां च कोई फर्क लगदा नहीं भाजी कोई सरकार नहीं सानू वधिया भाजी साडे लई कोई नहीं ना अकालियां ने कीता ना कांग्रेस ने पानी पहलां इत्थे सीगा उन्हें खत्ता पूरता फिर वो मूहरे हो गया पर सब तो भाजी आ देखो भाजी समस्या साडी महल्ले दी साडे है ना मंदिर दे मोहरे इन्हां ने आ वाल्मीकि दा मंदिर आ भाजी इहदे मोहरे है ना इन्हां ने खाला पटा के पानी पाया खत्ते च ते भाजी जदों है ना इत्थे अहीं करदे आ कोई कीर्तन अंदर पानी चल जांदा कई वारी तां मच्छर इन्ना जांदा तुसीं देख लो तुसीं अंदर नहीं बैठ सकदे वाल्मीकि मंदिर च तां इह हालात अपने आप च एक बहुत वड्डी गल है कि डिजिटल इंडिया दा जिथे नाम लिया जांदा ते वोटां मंगण कहिंदे सारे आउंदे आ तां इह हालात की तुहाडे सामणे आ ते आ तुसीं घर देख सकदे हो हालात इस जो मोहल्ले के हालात की है तो सामने घर है पानी का हालात ये नीवें काफ़ी ज़्यादा हो चुके पर दूजे पासे जिहड़ी कि आप पिछे तस्वीर देखी है चारे पासे गंदगी ही गंदगी और पानी ही पानी सारा दिखाई देगा तो इतों ला के फिर बैक की तस्वीर आप शुरू हो जाने क्योंकि गड्डी आई तो गड्डी भी लगता इतों लंघेगी जो साइड तो कोई जाने का रस्ता नहीं है तो भाई कहते कि साइड से एक बड़ी सारी वट लगा दी वो तुम सारे देख चुके हो बाकी कोई मसला हल होया ही नहीं साढ़े का ये वट लाना कोई मसला हल होया देखो जी मसला हल नहीं होया वटा नाल कदे पानी रुकदे नहीं होंदे क्योंकि शहर का पानी बहुत ज्यादा वा भाजी पानी नहीं मसला हल हुंदा पानी तो साडे घर दे विच ही रह गया सानू उदू भी ज्यादा तंगी आ गई वट लाउण नाल ये देख सकते हो ये भाई वीर जो वट कह रहे एक वट पाई गई पर वटा नाल पानी ज्यादा सीवरेज का पानी भी है वो जो पानी जो बारिश के मौसम ज़्यादा हो जाता तो घर आना सुभाविक ही है पर आम जनता की आवाज़ सरकार जो कदों सुनेगी क्योंकि विकास के नाते नवी बनी सरकार ने भी वोटा मंगिया सी पर विकास किन्ना होया तुहाडे सामने है होर भी इत्थे एक माता जी है आप उन्होंने भी गलबात करते हैं क्योंकि हालात सारे ने माड़े हाँ जी माता जी माता जी माता सब्जी का तुम लै आए हो हालात के बड़े माड़े है ना हाँ जी पुत देखो आ मेरा बुआ है ये तुहाडा गेट है हाँ जी मेरा ही गेट है जी आ देखो की पानी का हालात एक सच सच गल दसो ना कदों वोटा मंगण आउंदे सी तां उहदा की बोलदे सीगे सारे उदों हाथ जोड़ के कहिंदे सी बीबी जी सानूं वोटा पा हुण हाथ जोड़ के कोई आया कदे मणि वोट हुण कहिंदे कि हुण सानूं हाथ जोड़ तों बिना भी नहीं आउंदे ना ना कह के आई दा हुण कहिंदे कि तुहाडी लोड़ ही नहीं सानूं गाह नहीं सानूं तुहाडी लोड़ है झाड़ू तों दुखी हो तुसीं झाड़ू दी सरकार है हाँ जी अपने आप च बहुत सारे तस्वीर ने बन्ना लाता जी उदन क्या पानी नहीं निकलता उदू मोहरे बन्ना लगा है देखियो जाके हाँ अस दुखी है एक बार सारी तस्वीर दिखा दें पिछे होकर कैमरा मैन क्योंकि सारी तस्वीर दिखा दे ये सारी तस्वीर है सारे लोग जो इतने वीर से भैन सी मावं से सारे इतने खड़े दुखी की है सीवरेज के पानी तो दुखी है जिते के बड़े बड़े दावे किए जाते डिजिटल इंडिया का नाम दिता गया पर हालात की है खास करके महतपुर के विकास के पक्षों कोहां दूर है और सब तो वड्डी कि बिल्कुल नज़दीक सिविल होस्पिटल है जिहड़ा कि सेहत सहूलत देता खुद बीमार है और जाण वाला जो रस्ता है वह सारे तुसीं देख सकते हो तुसीं पिछले तस्वीरों भी देखा है कि हालात की है बदतर तो बदतर हालात है पर वीडियो शेयर जरूर कर दिओ ता जो इन्हां गरीब लोगों की सुनवाई सरकार तक पहुँच सके इन्हां दी आवाज़ सरकार तक पहुँच सके कैमरामैन मनजीत ने हरदीप पैंदा नार न्यूज़ मैदपुर।